बठिंडा के एक गुरु घर विच दो कुड़ियां वालों आपस च करवाए गए विआह मामले विच हुण एक वड्डी अपडेट आई है। इस मामले विच ग्रंथी सिंह हुण सामने आए ने। उन्होंने कैमरे अगे आ के असल कहानी दसी आ कि उस दिन की होया, किवें विआह करवाया गया, कौन कौन शामिल सी। आओ सुनो उन्होंने की कहा। ਸੋ ਮੇਰਾ ਨਾਮ ਅਜਾਇਬ ਸਿੰਘ ਗ੍ਰੰਥੀ ਅਮੀਤ ਗ੍ਰੰਥੀ ਗੁਰਦੁਆਰਾ ਸੋਕਲ ਕੀਤਾ। ਕੀ ਗੱਲ ਹੋ ਗਈ ਕਿ ਤੁਸੀਂ ਜਿਹੜੇ ਕੁੜੀਆਂ ਦੇ ਆਨੰਦ ਕੀਤਾ? ਉਹ ਆਨੰਦ ਕਾਰਜ ਹੋਇਆ ਜੀ। ਪਹਿਲਾਂ ਵੀ ਦੇਖੋ ਕੰਟੀਨਿਊ ਆਨੰਦ ਕਾਰਜ ਤਾਂ ਹੁੰਦੇ ਰਹਿੰਦੇ ਆ, ਪਰ ਇਹ ਸਾਡੇ ਕੋਲ ਨਵਾਂ ਆਏ ਸੀਗੇ ਤੇ ਇਹਨਾਂ ਨੇ ਜੋ ਸਾਨੂੰ ਫਾਰਮ ਦਿੱਤੇ, ਅਸੀਂ ਇਹਨਾਂ ਨੂੰ ਕਿਹਾ ਵੀ ਭਈ ਐਂ ਹੁੰਦਾ ਨਹੀਂ, ਕਹਿੰਦੇ ਅਦਾਲਤ ਚ ਹੁੰਦਾ ਜੀ। ਇੰਨੀ ਗੱਲ ਤੋਂ ਬਾਅਦ ਇਹਨਾਂ ਨੇ ਸਾਨੂੰ ਪ੍ਰੂਫ ਦਿੱਤੇ। ਮੈਂ ਜਿਹੜੇ ਮੇਰੇ ਨਾਲ ਹੈਡ ਗ੍ਰੰਥੀ ਸੀ ਉਹਨਾਂ ਨਾਲ ਗੱਲ ਕਰੀ ਤੇ ਉਹਨਾਂ ਨੇ ਜੱਸ ਕਰ ਲਈ। ਸੁਣੋ, ਪਤਾ ਸੀ ਕਿ ਦੋਨੇ ਕੁੜੀਆਂ ਹੋਣ? ਹਾਂ, ਇਹ ਪਤਾ ਸੀ। ਜਦੋਂ ਦੇਖੋ ਅਦਾਲਤ ਦੇ ਆਰਡਰ ਸੀ ਉਹਨਾਂ ਕੋਲ ਨਹੀਂ, ਉਹਨਾਂ ਕੋਲ ਕੁਝ ਨਹੀਂ ਦੇਖਿਆ, ਤਾਂ ਨਹੀਂ ਦੇਖਿਆ ਸੀ। ਜਿਹੜੀ ਗੱਲ ਹੈਗੀ ਆ ਜਿਹੜੀ ਸੱਚ ਦੱਸਾਂਗੇ, ਸਾਨੂੰ ਉਹਨਾਂ ਨੇ ਦੱਸ ਦਿੱਤਾ। ਪਹਿਲਾਂ ਤਾਂ ਉਹ ਕਹਿੰਦੇ ਵੀ ਬੇਟੀ ਤੇ ਬੇਟੇ ਦਾ ਆਨੰਦ ਕਾਰਜ, ਮੈਂ ਕਿਹਾ ਵੀ ਉਹਨਾਂ ਦੇ ਚਾਰਾਂ ਦੇ ਪ੍ਰੂਫ ਲੱਗਣਗੇ, ਮਤਲਬ ਕਿ ਦੋਨਾਂ ਦੇ ਮੁੰਡੇ ਦੇ ਕੁੜੀ ਦੇ, ਤੇ ਉਧਰ ਉਹਨਾਂ ਦੇ ਮੰਮੀ ਡੈਡੀ। ਫਿਰ ਕਹਿੰਦੇ ਦੋ ਕੁੜੀਆਂ, ਮੈਂ ਕਿਹਾ ਦੋ ਕੁੜੀਆਂ, ਦੋ ਆਨੰਦ ਕਾਰਜ? ਕਹਿੰਦੇ ਨਹੀਂ ਜੀ, ਦੋ ਆਨੰਦ ਕਾਰਜ ਨੇ, ਆਨੰਦ ਕਾਰਜ ਇੱਕ ਤਾਂ ਕੁੜੀਆਂ ਕੁੜੀਆਂ ਕਰਾ ਰਹੇ ਨੇ ਆਪਸ ਵਿੱਚ। ਆਨੰਦ ਕਾਰਜ ਹੋਣਾ ਸੀ ਉਹ ਦੋ ਤਿੰਨ ਦਿਨ ਪਹਿਲਾਂ ਪਤਾ ਲੱਗ ਗਿਆ ਸੀ। ਹਾਂ, ਕਮੇਟੀ ਵਾਲੇ ਹੁੰਦੇ ਆ ਜੀ, ਤਕਰੀਬਨ ਨਹੀਂ ਜੀ, ਉਹ ਆਪ ਕਰਾ ਕੇ ਲਿਆਂਦੇ ਆ, ਉਹ ਜਿਹਨਾਂ ਨੂੰ ਮਤਲਬ ਕਿ ਆਨੰਦ ਕਾਰਜ ਸੀ ਉਹ ਆਪ ਕਰਾ ਕੇ ਲਿਆਂਦੇ। ਕਮੇਟੀ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਤੁਸੀਂ ਆਨੰਦ ਕਾਰਜ ਕਰਾਏਗਾ? ਕਮੇਟੀ ਨੂੰ ਪਤਾ ਸੀ, ਬਸ ਐ ਨਹੀਂ ਸੀਗਾ ਵੀ ਇਦਾਂ ਹੋ ਜੂਗਾ, ਤੇ ਕਮੇਟੀ ਉਦੋਂ ਹੈ ਨਹੀਂ ਸੀ ਉੱਥੇ। ਪਤਾ ਸੀਗਾ ਵੀ ਲੜਕੀਆਂ ਦੇ ਆਨੰਦ ਕਾਰਜ ਕਰ ਰਹੇ ਆ? ਹਾਂ, ਉਹ ਉਹਨਾਂ ਨੂੰ ਪਤਾ ਸੀ। ਕਿੰਨੇ ਟਾਈਮ ਤੋਂ ਆ ਰਹੇ ਸੀ ਤੁਹਾਡੇ ਕੋਲ? ਇਹ ਤਕਰੀਬਨ ਸਰ 10-15 ਕੀ ਦਿਨ ਆਏ ਹੋਏ, ਪਹਿਲਾਂ ਆਏ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਗੁਰਮਰਜ਼ਾਦਾ ਅਨੁਸਾਰ ਗਲਤ ਪਹਿਲਾਂ ਇੱਕ ਵਾਰੀ ਕੁੜੀ ਦਾ ਕੁੜੀ ਨਾਲ ਹੋਇਆ ਸੀ, ਪਰ ਉਹ ਇੱਥੇ ਨੀ ਹੋਇਆ ਸੀ, ਕਿਤੇ ਹੋਰ ਹੋਇਆ ਸੀ। ਉਹਦਾ ਕੋਈ ਵਿਵਾਦ ਹੋਇਆ ਸੀ ਕਿ ਨਹੀਂ? ਉਹਦਾ ਕੋਈ ਹੋਇਆ ਸੀ। ਅੱਛਾ, ਤੁਸੀਂ ਇਸ ਕਰਕੇ ਪਹਿਲਾਂ ਹੋਇਆ ਸੀ ਕਦੇ ਕੋਈ ਵਿਵਾਦ? ਹਾਂ, ਬਾਕੀ ਪਰਿਵਾਰ ਦੋਨੇ ਨਾਲ ਸੀ। ਜਿਹੜਾ ਪਹਿਲਾਂ ਹੋਇਆ ਸੀ ਉਹ ਹੋਇਆ ਸੀ ਇੱਥੇ ਨੀ ਹੋਇਆ ਸੀ, ਪਤਾ ਨਹੀਂ। ਵੈਸੇ ਹੋ ਸਕਦਾ ਕੁੜੀ ਦੇ ਨਾਲ, ਪਰ ਹੈ ਤਾਂ ਗਲਤ ਹੈ ਜੀ, ਨਹੀਂ ਹੋ ਸਕਦਾ।